ਹਾਕੀ ਦੀ ਦੁਨੀਆ ਵਿੱਚ ਭਾਰਤ ਦੇ ਜਾਂਬਾਜ਼ ਖਿਡਾਰੀ ਸੀਨੀਅਰ ਬਲਬੀਰ ਸਿੰਘ ਓਲੰਪੀਅਨ ਨੇ ਭਾਰਤ ਨੂੰ ਹਾਕੀ 'ਚ ਸੋਨ ਪਦਕ ਜਿੱਤ ਕੇ ਦਿੱਤਾ ਸੀ। ਸੀਨੀਅਰ ਬਲਬੀਰ ਸਿੰਘ ਨੇ ਆਪਣੀ ਟੀਮ ਸਮੇਤ ਅੱਜ ਤੋਂ 70 ਸਾਲ ਪਹਿਲਾਂ ਭਾਰਤ ਤੋਂ 7000 ਕਿਲੋਮੀਟਰ ਦੂਰ ਲੰਡਨ ਵਿੱਚ 12 ਅਗਸਤ 1948 ਨੂੰ ਹਾਕੀ ਵਿੱਚ ਬ੍ਰਿਟੇਨ 'ਚ ਜਾ ਕੇ ਲੰਡਨ ਨੂੰ 4-0 ਨਾਲ ਹਰਾ ਕੇ ਇਹ ਸੋਨੇ ਦਾ ਤਮਗਾ ਜਿੱਤਿਆ ਸੀ। 1952 ਵਿੱਚ ਉਹਨਾਂ ਵੱਲੋਂ ਕੀਤੇ ਗਏ 5 ਗੋਲ ਦਾ ਰਿਕਾਰਡ ਅੱਜ ਤੱਕ ਨਹੀਂ ਟੁੱਟਿਆ ਹੈ। ਸੀਨੀਅਰ ਬਲਬੀਰ ਸਿੰਘ ਦਾ ਨਾਮ ਹਾਕੀ ਜਗਤ ਦੇ ਵਰਲਡ ਦੇ 10 ਆਈਕਨਸ ਵਿੱਚ ਸ਼ਾਮਿਲ ਹੈ। ਇਹਨਾਂ ਨੂੰ ਪਦਕ ਜਿੱਤਣ ਲਈ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਦੱਸ ਦਈਏ ਕਿ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਦਿੱਤਾ ਗਿਆ। ਬਲਬੀਰ ਸਿੰਘ ਓਲੰਪੀਅਨ ਜੋ 94 ਸਾਲਾਂ ਦੇ ਹੋ ਚੁੱਕੇ ਨੇ, ਇਸ ਮੌਕੇ ਉਹਨਾਂ ਨੇ ਆਪਣੇ ਕੁਝ ਅਨੁਭਵ ਵੀ ਸਾਂਝੇ ਕੀਤੇ। ਉਹਨਾਂ ਕਿਹਾ ਕਿ ਉਹ FA ਵਿੱਚ ਇਸ ਲਈ ਫੇਲ ਹੋ ਗਏ ਕਿਉਂਕਿ ਹਾਕੀ ਖੇਡਣ ਕਾਰਨ ਉਹਨਾਂ ਨੂੰ ਟਾਈਮ ਹੀ ਨਹੀਂ ਸੀ ਮਿਲਦਾ ਅਤੇ ਨਾ ਹੀ ਉਹਨਾਂ ਦਾ ਪੜ੍ਹਾਈ 'ਚ ਕੋਈ ਇੰਟਰਸਟ ਵੀ ਸੀ। ਬਲਬੀਰ ਸਿੰਘ ਨੇ ਦੱਸਿਆ ਕਿ ਇੱਕ ਵਾਰ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਭਾਰਤ ਵਿੱਚ ਇੱਕ ਅੰਗਰੇਜ਼ ਅਫਸਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਉਹ ਉਹਨਾਂ 'ਤੇ ਦਬਾਅ ਪਾ ਰਿਹਾ ਸੀ ਕਿ ਬਲਬੀਰ ਸਿੰਘ ਪੁਲਿਸ ਵਿੱਚ ਭਰਤੀ ਹੋ ਕੇ ਪੰਜਾਬ ਲਈ ਖੇਡੇ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਉਹ ਖੇਡਣ ਲਈ ਲੰਡਨ ਉਤਰੇ ਤਾਂ ਉਹਨਾਂ ਦਾ ਸਵਾਗਤ ਬ੍ਰਿਟੇਨ ਦੇ ਵੱਲੋਂ ਕਰਨ ਲਈ ਉਹੀ ਅੰਗਰੇਜ਼ ਅਫਸਰ ਆਇਆ ਸੀ। ਉਮੀਦ ਕਰਦੇ ਹਾਂ ਕਿ ਅੱਜ ਦੀ ਪੀੜ੍ਹੀ ਵੀ ਸੀਨੀਅਰ ਬਲਬੀਰ ਸਿੰਘ ਹੋਰਾਂ ਤੋਂ ਕੁਝ ਸਿੱਖ ਲਵੇ, ਕੁਝ ਸੇਧ ਲਵੇ ਆਪਣੀ ਜ਼ਿੰਦਗੀ ਨੂੰ ਜਿਉਣ ਦੀ, ਤਾਂ ਜੋ ਅੱਗੇ ਜਾ ਕੇ ਉਹ ਵੀ ਆਪਣੇ ਦੇਸ਼ ਦਾ ਨਾਂ ਇਸ ਤਰ੍ਹਾਂ ਹੀ ਚਮਕਾ ਸਕੇ। ਬਿਊਰੋ ਰਿਪੋਰਟ, ਸਪੋਕਸਮੈਨ TV।